ਨਵੇਂ ਸਾਲ ਦੇ ਮੌਕੇ ਤੇ ਸ਼ਹਿਰ ਵਾਸੀਆਂ ਨੂੰ ਵਧਾਈ ਦੇਣ ਦੇ ਲਈ ਫਤਿਹ ਦਸਤਾਰ ਸੈਂਟਰ ਮਾਨਸਾ ਵੱਲੋਂ ਦਸਤਾਰ ਮਾਰਚ ਕੱਢਿਆ ਗਿਆ। ਇਹ ਮਾਰਚ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਵਿੱਚੋਂ ਗੁਜਰਿਆ। ਇਸ ਮਾਰਚ ਦਾ ਮਕਸਦ ਸਿੱਖ ਨੌਜਵਾਨਾਂ ਨੂੰ ਸਿੱਖੀ ਬਾਰੇ ਜਾਗਰੂਕ ਕਰਨਾ ਅਤੇ ਦਸਤਾਰ ਸਜਾਉਣ ਦੇ ਲਈ ਪ੍ਰੇਰਿਤ ਕਰਨਾ ਸੀ। ਬੱਚਿਆਂ 'ਚ ਬੜਾ ਉਤਸ਼ਾਹ ਹੈ, ਪਿਛਲੇ ਸਾਲ ਵੀ ਅਸੀਂ ਕੱਢਿਆ ਅਤੇ ਗੁਰਸਿੱਖੀ ਨੂੰ ਇਹਦੇ ਨਾਲ ਬੜਾ ਪ੍ਰਫੁੱਲਿਤ ਹੁੰਦੀ ਹੈ ਗੁਰਸਿੱਖੀ, ਅਤੇ ਬੱਚਿਆਂ ਨੂੰ ਜਦੋਂ ਆਪਾਂ ਇਹ ਦੱਸਦੇ ਹਾਂ ਇਹਦਾ ਬੜਾ ਅਸਰ ਪੈਂਦਾ। ਬਾਅਦ ਵੀ ਜੋ ਵੀ ਮਤਲਬ ਜਿਹੜੇ ਸਿੱਖ ਸਰਹੱਦ ਦੇਖਦੇ ਹੈ ਉਹਨਾਂ ਨੂੰ ਬੜਾ ਇਸ ਗੱਲ ਨਾਲ ਮਤਲਬ ਉਤਸ਼ਾਹ ਹੈ, ਇਸ ਕਰਕੇ ਅਸੀਂ ਹਰ ਸਾਲ ਪਿਛਲੇ ਸਾਲ ਵੀ ਕੀਤਾ ਸੀ ਇਸ ਸਾਲ ਵੀ ਕਰ ਰਹੇ ਹਾਂ। ਅਤੇ ਆਪਾਂ ਦੇਖੋ, ਮੈਂ ਇਹਨਾਂ ਨੂੰ ਵਧਾਈ ਦਿੰਦਾ ਵੀ ਇਹਨਾਂ ਦਾ ਬਹੁਤ ਸ਼ਲਾਘਾ ਜੋ ਕੰਮ ਹੈਗਾ ਜੋ ਇਹ ਕੀਤਾ, ਇਹਦੇ ਨਾਲ ਅਸੀਂ ਬੱਚਿਆਂ ਨੂੰ ਪੱਗੜੀ ਦਾ ਬਾਰੇ ਜਾਣਕਾਰੀ ਦਿੰਦੇ ਹਾਂ ਵੀ ਇਹ ਦਸਤਾਰ ਨਾਲ ਇਕੱਲਾ ਆਪਣੀ ਪਹਿਰਾਵਾ ਨਹੀਂ, ਇਹਦੇ ਬਹੁਤ ਜ਼ਿਆਦਾ ਆਪਾਂ ਨੂੰ ਬੈਨੀਫਿਟ ਵੀ ਨੇ, ਜੋ ਡਾਕਟਰੀ ਤੌਰ 'ਤੇ ਵੀ ਕਿਹਾ ਜਾਂਦਾ ਵੀ ਜੇ ਆਪਣੇ ਕੇਸ ਰੱਖੇ ਹੋਏ ਨੇ ਤਾਂ ਉਹ ਆਪਾਂ ਨੂੰ ਜੋ ਅੱਜ ਕੱਲ੍ਹ ਮੋਬਾਈਲ ਦੀਆਂ ਕਿਰਨਾਂ ਨੇ ਇਹਨਾਂ ਤੋਂ ਬਹੁਤ ਜ਼ਿਆਦਾ ਬਚਾਉਂਦੀਆਂ ਨੇ। ਜੋ ਸਾਡੇ ਗੁਰੂਆਂ ਨੇ ਇਹ ਰੀਤ ਚਲਾਈ ਸੀ ਜਿਨ੍ਹਾਂ ਨੂੰ ਅੱਜ ਸਾਇੰਸ ਵੀ ਮੰਨ ਰਹੀ ਹੈ, ਇਸੇ ਕਰਕੇ ਮੈਂ ਸਾਰੇ ਬੱਚਿਆਂ ਨੂੰ ਕਹਿ ਰਿਹਾ ਵੀ ਇਹ ਵੱਧ ਤੋਂ ਵੱਧ ਦਸਤਾਰ ਬੰਨਣ ਅਤੇ ਆਪਦੇ ਜੋ ਬਜ਼ੁਰਗ ਨੇ ਉਹਨਾਂ ਨੂੰ ਵੀ ਕਹਿ ਰਿਹਾ। ਮਾਨਸਾ ਤੋਂ ਜਗਦੀਸ਼ ਬਾਂਸਲ ਦੀ ਰਿਪੋਰਟ, ਚੈਨਲ 2।